ਹੈਲੋ ਮਿੱਤਰੋ, ਕੀ ਹਾਲ ਚਾਲ ਹੈ? ਮੈਂ ਤੁਹਾਡਾ ਆਪਣਾ ਰਣਜੀਤ ਢੀਂਡਸਾ। ਮੈਂ ਅੱਜ ਤੁਹਾਨੂੰ ਅਸੀਂ ਬਟਾਲੇ ਸ਼ਹਿਰ ਵਿੱਚ ਬਾਬਾ ਨਾਨਕ ਦੇਵ ਜੀ ਦੇ ਵਿਆਹ ਦਾ ਪ੍ਰੋਗਰਾਮ ਦਿਖਾਇਆ ਜਾਵੇ। ਇਹ ਹੈ ਬਟਾਲਾ ਸ਼ਹਿਰ। ਵੇਖੋ ਭਾਈ, ਗਰਮਾ ਗਰਮ ਜਲੇਬੀਆਂ, ਆਹ ਵਾਹ ਜੰਮੀ ਭਾਈ, ਬੜਾ ਅੱਖਾਂ ਕੱਟ ਕੱਟ ਗੁੰਦੇ ਮੇਰੇ। ਵੇਖੋ ਭਾ, ਦੁਕਾਨਾਂ ਸੱਜੀਆਂ ਪਈਆਂ ਨੇ। ਵੇਖੋ ਭਾਈ, ਬਾਬੇ ਦਾ ਵਿਆਹ, ਮੇਲਾ ਲੱਭਣਾ ਇਹੋ ਜਿਹਾ ਕਦੇ, ਉਹ ਤੁਹਾਨੂੰ ਸਾਰਾ ਘੁਮਾਉਣਾ ਮੈਂ। ਵੇਖੋ ਬਈ ਨਜ਼ਾਰੇ, ਅਤੇ ਮੇਨ ਵਿਆਹ ਬਾਬੇ ਨਾਨਕ ਜੀ ਦਾ ਕੱਲ੍ਹ ਆ 10 ਤਰੀਕ ਨੂੰ। ਹੁਣ ਤੁਹਾਨੂੰ ਇੱਧਰਲੀ ਸਾਈਡ ਵੀ ਦਿਖਾਈ ਜਾਊਗੀ ਭਾਈ। ਮੇਰੇ ਵੀਡੀਓ ਲਾਈਕ ਕਰਿਓ ਅਤੇ ਕਮੈਂਟ ਕਰਿਓ, ਵਿੱਚ ਲਿਖਿਓ ਧੰਨ ਧੰਨ ਗੁਰੂ ਨਾਨਕ ਦੇਵ ਜੀ, ਕਮੈਂਟ ਵਿੱਚ ਵੀਰ ਲੜਿਓ ਆ ਅੰਮ੍ਰਿਤਪੁਰੇ ਦਾ ਅੱਡਾ, ਮੇਨ ਅੱਡਾ, ਪੁਲਿਸ ਤੈਨਾਤ ਆ। ਆਜੋ 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 ਆਜੋ, ਮੇਰੇ ਤਾਂ ਕੋਈ ਸਕੂਟਰੀ ਨਾ ਠੋਕ ਦਿਓ ਭਰਾਵਾ, ਤੁਹਾਨੂੰ ਰੌਣਕ ਮੇਲਾ ਵਿਖਾਈਏ ਮਿੱਤਰੋ। ਇਹ ਬਾਬੇ ਨਾਨਕ ਦਾ ਵਿਆਹ ਵਾ, ਵੇਖੋ ਵੀਰ ਮੇਰੇ ਨਜ਼ਾਰੇ ਲੱਗੇ ਪਏ। ਆਹਾ ਹਾ ਹਾ, ਕਿਆ ਬਾਤਾਂ ਨੇ, ਮੈਂ ਕਿਹਾ ਨਜ਼ਾਰੇ ਲੱਗੇ ਪਏ ਆ। ਕੱਲ੍ਹ ਮੇਨ ਵਿਆਹ ਬਾਬੇ ਦਾ, ਕੱਲ੍ਹ ਵੀ ਵਿਖਾਇਆ ਜਾਊਗਾ ਤੁਹਾਨੂੰ। ਹੋਰ ਮੇਰੇ ਵੀਰ, ਜਿਹੜੇ ਮੇਰੇ ਵੀਰਾਂ ਨੇ ਵਿਆਹ ਵੇਖਣਾ ਹੈ, ਬਟਾਲੇ ਕੱਲ੍ਹ ਆ ਸਕਦਾ ਹੈ ਬਾਬੇ ਨਾਨਕ ਦਾ ਵਿਆਹ ਵੇਖਣ ਵਾਸਤੇ। ਵੇਖੋ ਭਾਈ ਰਾਸ਼, ਬੱਚੇ ਮੇਰੇ ਅੱਖਾਂ ਕੜ ਕੜ ਬਹੁਤ ਦੇਖ ਰਹੇ ਨੇ। ਬਾਕੀ ਮੇਰੇ ਵੀਰ, ਆ ਵੀਰ ਆਪਣੇ ਟਰੈਕਟਰਾਲੀ ਲੈ ਕੇ ਆਏ ਆਪਣਾ। ਚਲੋ ਠੀਕ ਆ ਵੀਰ ਮੇਰੇ, ਵੀਡੀਓ ਨੂੰ ਲਾਈਕ ਕਰਿਓ ਅਤੇ ਚਲੋ ਵੀਰ ਮੇਰੇ, ਸਤਿ ਸ਼੍ਰੀ ਅਕਾਲ। ਚਲੋ ਭਾਈ, ਅਸੀਂ ਕਰਾਈਆਂ ਸੀ ਜਲੇਬੀਆਂ, ਅਤੇ ਜਲੇਬੀਆਂ ਦੇ ਪੈਸੇ ਦੇਈਏ ਭਾਅ ਨੂੰ ਅਤੇ ਫਿਰ ਚੱਲੀਏ ਘਰ ਨੂੰ। ਸਾਰੀ ਡਿਊਟੀ ਹੋ ਗਈ ਖਤਮ। ਓਕੇ।